हाँ जी सारा सत श्रीकाल। अज साडा हैगा तीजा दिन रिहर्सल का। देखो जी मुंडे आ चुके ने गे अद्धे हजे आने बाकी ने साडे कोच साहब जी सराही करवाउंदे ने एंड गलबात। अरे हाँ कल वाला जिहड़ा सानू बहुत ज़्यादा हसी कढ़ाई सी इहने पिछले व्लॉग च। अज मैं रुमाल भुल आया तो अज मैनू दुख है, बहुत दुखी हिरदे नाल परना बन बनना पै रहा है, जो कि मैनू अज पता नहीं बनना भी नहीं आ रहा है तो मैनू भैया स्टाइल जिहा लग रहा है कुछ मस्त जोक मारा रे या हस रे हल कट हस। तो मेरे वीरो असीं हुण ही रिहर्सल करके हटे हैंगे तो सारे मतलब कि वार्म अप जिहा होई जांदे ने। तैनू सूट नहीं करदा? सूट नहीं करदा ये। फिर तू कल तो रुमाल लेके आया कर। या ऑफ कोर्स ब्रो। ठीक है हाँ सो फड़ियो यार आ सारे वीरे भंगड़े वाले बंदे। सो गाइस हाँ भाई अपना हरजीता दोबारा आ गया। सिंगर साहब अज सारे वाजपेयी बह गई लड़क रहे मार मार। ठीक है ना अपना नाम की है उस्ताद जी? कमल भाई कोमलप्रीत सिंह पढ़ना पड़ा पता पहला मेरा जी सिंगर ए ता सुखी हड्डी लगदा पूरा। आया भैया गाइस एक स्टंट आंदे रेहान भाजी वालों स्टंट घूमनी आओ दो भाई चलो उस्ताद मेरा गला बैठ रहा उस्ताद क्या बोला तूने एदा भी गला बैठ रहा ताई करके तो काउंटिंग नहीं बोल बैठे। चलो 1 2 3 स्टार्ट 1 2 3 4 5 मजा नहीं आ रहा है। खड़ जो हाँ भाई अपना रेहान पाजी अच्छा हरजीत पाजी दो ठीक है दोनों चो जिदी खुमनिया वधिया लगियां कमेंट च दस दियो सोनिया लगियां क्या बोला तूने ते भरा वीरे ये साडे खोखो वाले बंदे साडे बनी रेता करी जांदे ने सारा गलत गल है वीरे ये वीरे गलत बहुत मान तक पहुंचाई आवे हां वीरे गल भगवान मान तक पहुंचाई जांदे साडा रेहान भाजी इले हल्के चढ़ गया भाई रेता वे रेता पूरी गल कमेंट दया करो। कौन भाजी ਆ ਸਾਡੇ ਉਸਤਾਦ ਜੀ ਕੀ ਕਹਿਣਾ ਚਾਹੋਗੇ? ਹਾਂਜੀ ਹਾਂਜੀ ਕੀ ਹਾਲ ਚਾਲ ਨੇ? ਮੁੰਡੇ ਕਹਿੰਦੇ ਪੂਰੇ ਸਰਾ ਨੇ ਕਹਿੰਦੇ ਸਰਾ ਕਰਾ ਦੇਣਾ ਐਂਡ ਗੱਲਬਾਤ। ਹਾਂ ਚਲੋ ਆ ਜਾਓ ਸਟੈਂਡ ਮੇਰੇ ਬੰਦਿਓ। ਹਾਂ ਚੱਲ ਬਈ ਰਹਿਣ ਭਾਜੀ ਇਹ ਉਹ ਭਾਈ ਸਾਹਿਬ ਆ ਆ ਤਾੜੀਆਂ ਮਾਰ ਦਿਓ ਵੀਰੇ ਤਾੜੀਆਂ। हां चलो सर चलो ए मुंडियो तैयार हो जाओ। सो तैयार है काम मिलते हैं जी आगे अगली क्लिप जाओ देखी चलो हो जाओ खड़े चलो भाई हाय 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 ਕਿਆ ਬੋਲਾ ਤੂੰ ਡੰਡਾ ਬਹੁਤ ਪੇੜਾ ਵੱਜਿਆ ਮੇਰੇ ਮਾਰਿਆ ਕਿਨੇ
ਆ ਬੰਦੇ ਨੇ ਮੇਰੇ ਡੰਡਾ ਮਾਰਿਆ, ਪਰਾਂ ਹੋ ਜਾ ਬੇਟੇ, ਆਹੋ ਬੰਦੇ ਮੇਰੇ ਡੰਡਾ ਮਾਰਿਆ, ਖੱਟੀ ਪੱਗ ਵਾਲੇ ਨੇ, ਬਦਲਾ ਲਊਂਗਾ। ਸ਼ਾਬਾਸ਼ ਬੇਟਾ। ਸੋ ਗਾਈਸ, ਇੱਕ ਰਿਹਾਸਲ ਹੋਰ ਹੋ ਚੁੱਕੀ ਹੈ, ਸਾਰੇ ਬਹਿ ਚੁੱਕੇ ਨੇ ਅਤੇ ਸਾਡੇ ਬਰੋ ਆਏ ਨੇ ਮਨਪ੍ਰੀਤ ਠਿਕਰੀਵਾਲ ਤੋਂ, ਬਹੁਤ ਸੋਹਣਾ ਬੁਕਚੂ ਵੀ ਹੁੰਦੇ ਨੇ ਅਲਗੋਜ਼ੇ, ਇਹਨਾਂ ਦਾ ਬਹੁਤ ਸੋਹਣਾ ਕੰਮ ਆ। ਸੋ ਮੇਰਾ ਫੋਨ ਵੀ ਵੱਜ ਰਿਹਾ ਅਤੇ ਬਸ ਥੱਕ ਗਏ, ਹੁਣ ਦੋ ਮਿੰਟ ਬਾਅਦ ਫਿਰ ਕਲਿੱਪ ਬਣਾਵਾਂਗੇ ਅਤੇ ਮਿਲਦੇ ਹਾਂ ਬਦਲਾ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਗਲਾ ਪਾਰਟ ਮੈਂ ਬਦਲਾ ਬਣਾਊਂਗਾ, ਰਿਹਾਨ ਦਾ ਬਦਲਾ। ਬਾਏ ਗਾਈਸ, ਮਿਲਦੇ ਹਾਂ। ਮੇਰੇ ਵੀਰੋ, ਹੁਣ ਅਸੀਂ ਥੱਕ ਚੁੱਕੇ ਹਾਂ, ਬੈਠੀਆਂ ਨੇ ਆਹ ਕੰਮ ਨਾਲ ਫਿਰ ਬਦਲਾ ਸ਼ੁਰੂ ਹੋ ਚੁੱਕਿਆ ਹੈ, ਇਹ ਡੰਡੇ ਪਈ ਜਾਂਦੇ ਨੇ ਅਤੇ ਆਹ ਰਿਹਾਨ ਭਾਅ ਜੀ ਇਹ ਬਹੁਤ ਆਪਦੇ ਐਕਸਾਈਟਡ ਮੰਨ ਰਹੇ ਨੇ ਵੀ ਹਾਂ ਕਮਲ ਭਾਅ ਜੀ ਤੋਂ ਕੀ ਲੈਣਾ, ਬਦਲਾ ਬਦਲਾ ਲੈਣਾ, ਇਹਨੂੰ ਫਿਲਮਾਂ 'ਚ ਭੇਜੋ ਯਾਰ, ਜ਼ੋਰ ਦੀ ਮਾਰਨਾ ਹਰਜੀਤ ਭਰਾ ਹੈ ਨਾ ਆਪਣਾ। ਚਲੋ ਕੋਈ ਨਹੀਂ, ਮਿਲਦੇ ਹਾਂ ਜੀ ਅੱਗੇ ਵਲੋਗ ਨਾਲ, ਪਰ ਮੈਂ ਭਰਾ ਨਹੀਂ ਮੰਨਦਾ ਇਹਨੂੰ। ਗਾਈਸ, ਸੋ ਚਾਏ ਮੈਂ ਹੀ ਪਰੋਸ ਰਿਹਾ। ਸੋ ਗਾਈਸ, ਆ ਗਿਆ ਫਿਰ ਮੈਂ ਅਤੇ ਰੀਫਰੈਸ਼ ਵਗੈਰਾ, ਰੀਫਰੈਸ਼ਮੈਂਟਸ ਵਗੈਰਾ ਸਾਰਾ ਕੁਛ ਹੋ ਚੁੱਕਿਆ ਹੈ। ਸੋ ਬਹੁਤ ਵਧੀਆ ਸੀ ਗੱਲਬਾਤ, ਅਤੇ ਮੈਂ ਵਿੱਚ ਦੀ ਛੱਡ ਗਿਆ ਸੀ ਅਤੇ ਮੈਂ ਥੋੜ੍ਹਾ ਸਾਹ ਲੈਣ ਗਿਆ ਸੀ, ਆ ਗਿਆ। ਸੋ ਸਾਰੇ ਤਿਆਰ ਨੇ ਹੁਣ ਘਰ ਜਾਣ ਨੂੰ, ਸਾਰਾ ਰਿਲੈਕਸ ਹੋ ਗਿਆ, ਬਹੁਤ ਹੋ ਗਿਆ, ਚਾਹ ਪਾਣੀ ਪੀ ਲਿਆ ਅਤੇ ਆਹ ਮੁੰਡਾ ਵੇਖ ਲਓ, ਓਏ ਆਹ ਤੂੰ ਪੈਂਟ ਲਾਈ ਨਾ, ਓਏ ਇਹੋ ਜਿਹਾ ਕੰਮ ਕਦੋਂ ਕਰਦਾ ਤੂੰ, ਚਲ ਇਹ ਟਾਈਮ ਨਾਲ ਲੱਗ ਜਾਂਦੇ ਨੇ ਯਾਰ, ਕੀ ਕਰੀਏ। ਸੋ ਆਹ ਵੇਖ ਲਓ, ਇਹ ਸੀਗੀ ਸਾਡੀ ਰਿਫਰੈਸ਼ਮੈਂਟ, ਚਾਹ। ਚਾਹ ਨਾਲ ਅਸੀਂ ਸਿਰਫ ਪੈਟੀਆਂ ਖਾਧੀਆਂ ਨੇ, ਬਹੁਤ ਸਵਾਦ ਆਇਆ। ਸੋ ਸਾਰੇ ਚੱਲੇ ਨੇ, ਉਸਤਾਦ ਜੀ ਵੀ ਚੱਲੇ ਨੇ। ਸੋ ਕੀ ਕਹਿਣਾ ਚਾਹੋਗੇ ਜਾਣ ਵੇਲੇ? ਜਕਾਰਾ ਸ਼ੇਰਾਂ ਵਾਲੀ ਦਾ ਕੀ ਜੈ, ਕਹਿੰਦਾ ਬੋਲੇ ਨਾਥ ਕੀ ਜੈ। ਬਾਏ, ਕੱਲ ਮਿਲਦੇ ਹਾਂ ਅਗਲੇ ਪਾਰਟ 'ਚ, ਪਾਰਟ ਨੰਬਰ ਅਗਲੀ 'ਚ, ਅਗਲੀ ਵੀਡੀਓ 'ਚ, ਪਾਰਟ ਨੰਬਰ 4 ਅਗਲੀ ਵੀਡੀਓ 'ਚ। ਓਕੇ ਬਾਏ, D4 ਬਾਏ। ਸੋ ਦਿਸ ਬੰਦਾ, ਦਿਸ ਬੰਦਾ, ਓ ਮਾਈ ਗੋਡ, ਇਹਨੇ ਮੈਨੂੰ ਕਿਹਾ ਤੂੰ ਮੈਨੂੰ ਵਲੌਗ 'ਚ ਨਹੀਂ ਰਹਿੰਦਾ, ਆਹ ਹੁਣ ਚੰਗਾ ਭਲਾ ਵਲੌਗ 'ਚ ਆ ਗਿਆ ਹੁਣ ਤੂੰ। ਲੈ ਲੱਛਣ ਵੀ ਦੇਖੋ ਕਿੰਨੇ ਸੋਹਣੇ ਕਰਦੇ ਹੈ, ਵਾਜੀ ਵਾਹ। ਕਹਿੰਦਾ ਕੁੜੀ ਮੁੰਡੇ ਨਾਲੋਂ ਸੋਹਣੀ, ਮੁੰਡਾ ਕੁੜੀ ਨਾਲੋਂ ਸੋਹਣਾ, ਮੁੰਡੇ ਦੇ ਪਾਪੇ ਵੱਲੋਂ 500 ਰੁਪਏ ਦਾ ਮਾਨ, ਜਿੰਨਾ ਓਵਰ ਐਕਟਿੰਗ ਨਹੀਂ ਕਰਨੀ। ਸੋ ਵਾਜੀ ਵਾਹ, ਮਹਾ ਕਲਿਆਣ, ਗੁੱਡ ਬਾਏ, ਮਿਲਦੇ ਹਾਂ ਬ੍ਰੇਕ ਤੋਂ ਬਾਅਦ, D4। ਅਤੇ ਮੇਰੇ ਵੀਰੋ, ਮੇਰੇ ਨਾਲ ਹੈਗਾ ਰਿਹਾਨ ਖਾਨ, ਅਤੇ ਹੁਣ ਸਾਡੀ ਭੰਗੜੇ ਦੀ ਰਿਹਾਸਲ ਹੋ ਚੁੱਕੀ ਹੈ, ਰੀਫਰੈਸ਼ਮੈਂਟ ਵੀ ਹੋ ਚੁੱਕੀ ਆ, ਹੁਣ ਫਿਲਹਾਲ ਮੈਂ ਚੱਲਿਆ ਕਲਾਸ 'ਚ। ਤੂੰ ਕਿੱਥੇ ਚੱਲਿਆ ਓਏ? ਮੈਂ ਗੇੜੇ ਕੱਢਣ, ਇਹ ਗੇੜੇ ਕੱਢਣ ਚੱਲਿਆ। ਹੋਪ ਤੁਹਾਨੂੰ ਅੱਜ ਦਾ ਵਲੌਗ D3 ਵਧੀਆ ਲੱਗਿਆ ਹੋਊਗਾ। ਚਲੋ ਮਿਲਦੇ ਹਾਂ ਜੀ D4 'ਤੇ, ਅੱਜ ਲਈ ਬਾਏ, ਟਾਟਾ, ਸੀ ਯੂ, ਲਾਈਕ ਕਮੈਂਟ ਸ਼ੇਅਰ ਕਰਦੇ ਰਹੋ। ਚਲੋ ਠੀਕ ਹੈ ਜੀ, ਬਾਏ। Like, comment, share, subscribe, bye.